ਪੂਰੇ ਪੰਜਾਬ ਨੂੰ ਅੱਜ ਸੰਗਣੀ ਤੋਂ ਬਹੁਤ ਸੰਗਣੀ ਧੁੰਦ ਨੇ ਢਕਿਆ ਹੋਇਆ ਕਿਤੇ ਅੱਜ ਧੁੱਪ ਨਹੀਂ ਨਿਕਲੀ ਕੜਾਕੇ ਦੀ ਠੰਡ ਘਟਣ ਦਾ ਨਾਮ ਤਾਂ ਕੀ ਲੈਣਾ ਸੀ ਸਗੋਂ ਹੋਰ ਵੱਧਦੀ ਜਾ ਰਹੀ ਹੈ ਪੰਜਾਬ ਦੇ ਮੌਸਮ ਵਿਭਾਗ ਨੇ ਵੱਡਾ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਅਗਲੇ 48 ਘੰਟਿਆਂ ਵਿੱਚ ਠੰਡ ਤੋਂ ਕੋਈ ਰਾਹਤ ਨਹੀਂ ਮਿਲਣ ਵਾਲੀ ਯਾਨੀ ਕਿ ਦੋ ਦਿਨ ਠੰਡ ਦਾ ਕੜਾਕਾ ਇਸੇ ਤਰ੍ਹਾਂ ਰਹੂਗਾ ਉਸ ਤੋਂ ਬਾਅਦ 2 ਤੋਂ 3 ਡਿਗਰੀ ਤੱਕ ਤਾਪਮਾਨ ਵਧਣ ਦੀ ਮਾੜੀ-ਮੋਟੀ ਸੰਭਾਵਨਾ ਜਤਾਈ ਹੈ 24 ਅਤੇ 25 ਤਰੀਕ ਨੂੰ ਯਾਨੀ ਕਿ ਅੱਜ ਤੇ ਕੱਲ ਲਈ ਮੌਸਮ ਵਿਭਾਗ ਨੇ ਪਹਿਲਾਂ ਧੁੰਦ ਦਾ orange alert ਜਾਰੀ ਕੀਤਾ ਸੀ ਪਰ ਹੁਣ red ਕਰ ਦਿੱਤਾ ਗਿਆ ਹੈ ਤੇ ਦਿਖਾਈ ਵੀ ਦਿੰਦਾ ਕਿ ਅੱਜ ਕਿੰਨੀ ਧੁੰਦ ਰਹੀ ਹੈ 26 ਤੋਂ 28 ਜਨਵਰੀ ਤੱਕ yellow alert ਹੈ ਜਿਸ ਦਾ ਮਤਲਬ ਹੈ ਕੁਝ ਹਿੱਸਿਆਂ ਵਿੱਚ ਧੁੰਦ ਪਏਗੀ ਪਰ ਕਾਂਬਾ ਛੇੜ ਦੀ ਠੰਡ ਇਸੇ ਤਰ੍ਹਾਂ ਜਾਰੀ ਰਹੇਗੀ ਅੱਜ ਪੰਜਾਬ ਦੇ ਵਿੱਚ ਤਾਪਮਾਨ 2.1 ਡਿਗਰੀ ਹੋਰ ਥੱਲੇ ਆ ਗਿਆ ਹੈ ਤੁਸੀਂ ਮਹਿਸੂਸ ਵੀ ਕੀਤਾ ਹੋਣਾ ਕਿ ਅੱਜ ਠੰਡ ਹੋਰ ਵੀ ਜ਼ਿਆਦਾ ਵਧ ਗਈ ਹੈ ਸਭ ਤੋਂ ਘੱਟ ਤਾਪਮਾਨ ਇੱਕ ਵਾਰ ਮੋੜ ਤੋਂ ਨਵਾਂ ਸ਼ਹਿਰ ਦਾ 1.7 ਡਿਗਰੀ ਦਰਜ ਕੀਤਾ ਗਿਆ ਪਿਛਲੇ ਹਫ਼ਤੇ ਦੇ ਪਹਿਲੇ 3 ਦਿਨ 0 ਡਿਗਰੀ ਤਾਪਮਾਨ ਇੱਥੇ ਪਹੁੰਚ ਗਿਆ ਸੀ ਮੋਗਾ ਬਠਿੰਡਾ ਪਟਿਆਲਾ ਚੰਡੀਗੜ੍ਹ ਦੇ ਵਿੱਚ ਤਾਪਮਾਨ ਅੱਜ 3 ਡਿਗਰੀ ਦੇ ਆਲੇ-ਦੋਲੇ ਰਿਹਾ ਲੁਧਿਆਣਾ 4 ਡਿਗਰੀ ਜਦਕਿ ਅੰਮ੍ਰਿਤਸਰ ਲੁਧਿਆਣਾ ਤੇ ਫਰੀਦਕੋਟ ਦੇ ਵਿੱਚ 5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ हिमाचल प्रदेश ਦੇ ਮੌਸਮ ਵਿਭਾਗ ਨੇ 25 ਜਨਵਰੀ ਤੋਂ ਪੱਛਮੀ ਗੜਬੜੀ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਯਾਨੀ ਕਿ ਕੱਲ ਤੋਂ ਲੈ ਕੇ 28 ਜਨਵਰੀ ਤੱਕ ਇਥੇ ਹਲਕਾ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ ਸੂਬੇ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਇਥੇ ਵੀ ਧੁੰਦ ਛਾਈ ਹੋਈ ਹੈ ਪੰਜਾਬ ਵਾਂਗੂ ਹਰਿਆਣਾ ਦੇ ਵਿੱਚ 20-26 ਦਿਨਾਂ ਤੋਂ ਜ਼ਬਰਦਸਤ ਠੰਡ ਪੈ ਰਹੀ ਹੈ 6 ਜ਼ਿਲ੍ਹੇ ਧੁੰਦ ਦੀ ਪੂਰੀ ਤਰ੍ਹਾਂ ਮਾਰ ਹੇਟ ਨੇ ਦੋ ਜ਼ਿਲ੍ਹਿਆਂ ਦੇ ਵਿੱਚ ਪਾਲਾ ਜੰਮਣ ਦੇ ਅਸਰ ਨੇ ਮੌਸਮ ਵਿਭਾਗ ਮੁਤਾਬਕ ਕੱਲ 25 ਜਨਵਰੀ ਨੂੰ ਪੱਛਮੀ ਗੜਬੜੀ ਦਾ ਅਸਰ ਰਾਤ ਦੇ ਤਾਪਮਨ 'ਚ ਵੇਖਣ ਨੂੰ ਮਿਲ ਸਕਦਾ ਹੈ ਤੇ ਰਾਤ ਦਾ ਤਾਪਮਨ 2 ਡਿਗਰੀ ਹੋਰ ਵੱਧ ਸਕਦਾ ਹੈ। ਵਧ ਪ੍ਰਦੇਸ਼ ਵਿੱਚ ਜ਼ਬਰਦਸਤ ਠੰਡ ਤੋਂ ਬਾਅਦ ਹੁਣ ਰਾਹਤ ਮਿਲੀ ਹੈ। ਕੱਲ 25 ਜਨਵਰੀ ਤੋਂ ਦੋ ਪੱਛਮੀ ਗੜਬੜੀਆਂ ਐਕਟਿਵ ਹੋਣਗੀਆਂ ਜਿਸ ਤੋਂ ਬਾਅਦ ਰਾਤ ਦਾ ਤਾਪਮਨ ਵਧੂਗਾ। ਰਾਜਸਥਾਨ ਵੀ ਧੁੰਦ ਦੀ ਚਪੇਟ ਵਿੱਚ ਹੈ ਬ ਦੇ ਵਿੱਚ ਦਿਨ ਦਾ ਤਾਪਮਾਨ 10 ਡਿਗਰੀ ਤੋਂ ਹੇਠਾਂ ਹੈ ਜੈਸਲਮੇਰ ਦੇ ਵਿੱਚ ਇਸ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਦਰਜ ਕੀਤੀ ਗਈ ਅਤੇ ਤਾਪਮਾਨ 4.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ यूपी ਦੇ ਵਿੱਚ ਪਹਿਲੀ ਵਾਰੀ ਪਾਰਾ 1.5 ਡਿਗਰੀ ਪਹੁੰਚ ਗਿਆ ਹੈ ਅਯੁੱਧਿਆ ਵਿੱਚ 2.5 ਡਿਗਰੀ ਤਾਪਮਾਨ ਹੈ 71 ਜ਼ਿਲ੍ਹਿਆਂ ਦੇ ਵਿੱਚ ਕੋਲਡ ਵੇਵ ਤੇ ਧੁੰਦ ਦਾ ਅਲਰਟ ਹੈ ਇਸ ਸੀਜ਼ਨ ਦੇ ਵਿੱਚ ਪਹਿਲੀ ਵਾਰੀ ਮੇਠ ਦਾ ਤਾਪਮਾਨ 1.5 ਡਿਗਰੀ ਦਰਜ ਕੀਤਾ ਗਿਆ ਕਾਨਪੂਰ ਅਤੇ ਮੁਜ਼ਫਰਨਗਰ ਦਾ ਤਾਪਮਾਨ 2.6 ਡਿਗਰੀ ਲਖਨਊ ਦੇ ਵਿੱਚ ਰਾਤ ਦਾ ਤਾਪਮਾਨ 3.6 ਡਿਗਰੀ ਦਰਜ ਕੀਤਾ ਗਿਆ ਸੰਗਣੀ ਧੁੰਦ ਅਤੇ ਠੰਡ ਕਾਰਨ ਅੱਜ ਪੂਰੇ ਉੱਤਰੀ ਭਾਰਤ ਦੇ ਵਿੱਚ ਜਨ ਜੀਵਨ ਵੀ ਪ੍ਰਭਾਵਿਤ ਹੈ ਸੜਕੀ ਰੇਲ ਤੇ ਹਵਾਈ ਆਵਾਜਾਈ ਤੇ ਲਗਾਤਾਰ ਮਾੜਾ ਅਸਰ ਪੈ ਰਿਹਾ ਹੈ ਦਿੱਲੀ 에ਰਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਕਿ 42 ਕਮਾਂਤਰੀ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਨੇ ਇਸ ਦੇ ਨਾਲ 77 ਘਰੇਲੂ ਉਡਾਣਾਂ ਦੇ ਆਉਣ ਜਾਣ ਦੇ ਵਿੱਚ ਦੇਰੀ ਵੀ ਹੋਈ ਧੁੰਦ ਕਰਕੇ ਦਿੱਲੀ ਵਿੱਚ 24 ਲੰਬੀ ਦੂਰੀ ਦੀਆਂ ਰੇਲ ਗੱਡੀਆਂ ਵੀ ਨਿਰਧਾਰਿਤ ਸਮੇਂ ਤੋਂ 5-5 ਘੰਟੇ ਜਾਂ ਇਸ ਤੋਂ ਵੀ ਵੱਧ ਦੇਰੀ ਨਾਲ ਚੱਲ ਰਹੀਆਂ ਨੇ ਧੁੰਦ ਕਰਕੇ ਪੰਜਾਬ ਦੇ ਵਿੱਚ ਨਿੱਕੇ ਵੱਡੇ ਹਾਦਸੇ ਲਗਾਤਾਰ ਵਾਪਰ ਰਹੇ ਨੇ ਬਠਿੰਡਾ ਦੇ ਰਾਮਾ ਮੰਡੀ ਦੇ ਵਿੱਚ ਅੱਜ ਤੱਕ ਕੇ ਸੰਗਣੀ ਤੋਂ ਕਰਕੇ ਤਲਵੰਡੀ ਸਾਬੋ ਰੋਡ ਤੇ ਪਿੰਡ ਜੱਜਲ ਨੇਰੇ ਨੇੜੇ ਦੋ ਕਾਰਾਂ ਦੀ ਆਮੋ ਸਾਹਮਣੇ ਹੋਈ ਟੱਕਰ ਵਿੱਚ ਦੋ ਜਣੇ ਜ਼ਖਮੀ ਹੋ ਗਏ ਇੱਕ ਐਕਸੈਸ ਬੈਂਕਰ ਆਵਾ ਦੇ ਮੈਨੇਜਰ ਮੋਹਿਤ ਸਿੰਘਲਾ ਤੇ ਇੱਕ ਹੋਰ ਮੁਲਾਜ਼ਮ ਰਾਜ ਵਰਮਾ ਇਹ ਦੋਵੇਂ ਜ਼ਖਮੀ ਹੋਏ ਨੇ ਇਹਨਾਂ ਨੂੰ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਵਲੰਟੀਰਾ ਨੇ ਐਂਬੂਲੈਂਸ ਰਾਹੀਂ ਤਲਵੰਡੀ ਸਾਬੋ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ